ਪੰਜਾਬ ਫੋਕਸ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਸਰਕਾਰੀ ਸਕੂਲਾਂ ਦਾ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦਾ ਰਿਜ਼ਲਟ 31 ਮਾਰਚ ਨੂੰ ਆਵੇਗਾ। ਇਹ ਰਿਜ਼ਲਟ ਟੈਕਸਟ ਮੈਸੇਜ ਅਤੇ ਈਮੇਲ ਰਾਹੀਂ ਭੇਜਿਆ ਜਾਵੇਗਾ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਇਹ ਵੱਡਾ ਫੈਸਲਾ ਲਿੱਤਾ। ਇਹ ਰਿਜ਼ਲਟ ਸਕੂਲਾਂ ਦੀ ਵੈਬਸਾਈਟ ਦੇ ਉੱਪਰ ਵੀ ਉਪਲਬਧ ਕੀਤਾ ਜਾਵੇਗਾ। ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਤੁਹਾਨੂੰ ਦੱਸ ਦਈਏ, ਕੋਰੋਨਾ ਵਾਇਰਸ ਕਰਕੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ, ਜਿਸ ਕਰਕੇ ਸਕੂਲਾਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਉੱਧਰ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੀ ਪੇਪਰ ਵਿੱਚ ਵਿਚਾਲੇ ਹੀ ਰੁਕ ਗਏ ਨੇ। ਸੋ ਇਹ ਇੱਕ ਵੱਡੀ ਮੁਸ਼ਕਲ ਦੀ ਘੜੀ ਹੈ ਪੰਜਾਬ ਦੇ ਵਿੱਚ। ਅਤੇ ਉੱਥੇ ਹੀ ਗੱਲ ਕੀਤੀ ਜਾਵੇ 31 ਮਾਰਚ ਨੂੰ ਜਿਹੜਾ ਕਿ ਰਿਜ਼ਲਟ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਢਣ ਦੀ ਤਿਆਰੀ ਕਰ ਲਿੱਤੀ ਗਈ ਹੈ, ਪਰ ਇਹ ਰਿਜ਼ਲਟ ਤੁਹਾਨੂੰ ਹੁਣ ਸਕੂਲ ਦੀ ਵੈਬਸਾਈਟ ਦੇ ਉੱਪਰ ਜਾ ਕੇ ਮਿਲੇਗਾ, ਪਹਿਲੀ ਜਮਾਤ ਤੋਂ 8ਵੀਂ ਜਮਾਤ ਦੇ ਬੱਚਿਆਂ ਦਾ। ਸੋ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ। ਕੀ ਤੁਸੀਂ ਪਰੇਸ਼ਾਨ ਹੋ? ਵਿਅਰਥ ਚ ਇੱਧਰ ਉੱਧਰ ਨਾ ਭਟਕੋ, ਸਹੀ ਜਗ੍ਹਾ ਸੰਪਰਕ ਕਰੋ। ਜੋਤਿਸ਼ ਵਿਦਿਆ ਦੇ ਸਮਰਾਟ ਪੰਡਿਤ ਸ਼ਿਵ ਦਿਆਲ ਜੀ। ਪਰੇਸ਼ਾਨੀ ਜਿਵੇਂ ਪ੍ਰੇਮੀ ਪ੍ਰੇਮਿਕਾ ਚ ਝਗੜਾ, ਲਵ ਮੈਰਿਜ, ਕਾਰੋਬਾਰ ਚ ਰੁਕਾਵਟ, ਵਿਦੇਸ਼ ਚ ਪੱਕਾ ਹੋਣਾ, ਬਿਮਾਰੀ ਚ ਦਵਾ ਨਾ ਲੱਗਣਾ, ਧੋਖੇਬਾਜ ਪ੍ਰੇਮੀ ਪ੍ਰੇਮਿਕਾ ਅਤੇ ਸੌਤਨ ਦੁਸ਼ਮਣ ਨੂੰ ਸਬਕ ਸਿਖਾਓ, ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ, ਵਸ਼ੀਕਰਨ ਕਰਵਾਓ, ਮਨ ਚਾਹਿਆ ਪਿਆਰ ਪਾਓ। ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਨਹੀਂ ਟੁੱਟਣ ਦੇਵਾਂਗਾ। ਸੰਪਰਕ ਕਰੋ 98154131386।